ਪੰਜਾਬ ਸਰਕਾਰ ਨੇ ਇਹਨੇ ਕੰਮ ਨਹੀਂ ਕੀਤੇ ਜਿਨੇ ਪਰਚੇ ਕੀਤੇ ਅਸਪਾਲ ਸਿੰਘ ਖੈਰਾ ਤੇ ਪੰਜਵਾਂ ਮੁਕੱਦਮਾ ਹੈ ਕਿਸਲੇ 2 ਸਾਲਾਂ ਤੋਂ ਅਸਪਾਲ ਸਿੰਘ ਖੈਰਾ ਰੱਖਿਆ ਹੈ ਇਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਡਰਾਇਆ ਜਾ ਸਕਦਾ ਧਮਕਾਇਆ ਜਾ ਸਕਦਾ ਫਿਰ ਇਹਨਾਂ ਦਾ ਵਹਿਮ ਹੈ ਪੂਰੇ ਫਾਦਰ ਨੂੰ ਉਹ ਮੈਂਟਲੀ ਬਹੁਤ ਸਟੌਕ ਤੁਸੀਂ ਮਾਨਸਿਕ ਤੌਰ ਤੇ ਨਹੀਂ ਹਰਾ ਸਕਦੇ ਹੋ ਤੁਸੀਂ ਗੇਲਜ ਬੰਦ ਕਰ ਸਕਦੇ ਹੋ ਥੋੜੀ ਦੇਰ ਇਧਰ ਉਧਰ ਕਰ ਸਕਦੇ ਹੋ ਹਰਾ ਨਹੀਂ ਸਕਦੇ ਤੁਸੀਂ ਮੇਰੇ ਫਾਦਰ ਨੂੰ ਪਹਿਲਾਂ ਤਾਂ ਇੱਕ ਐਸੇ ਮੁਕਦਮੇ ਵਿੱਚ ਗ੍ਰਿਫਤਾਰ ਕੀਤਾ ਗਿਆ ਜਿਹੜਾ ਮੁਕੱਦਮਾ ਸੁਪਰੀਮ ਕੋਰਟ ਤੋਂ ਅਸੀਂ ਜਿੱਤ ਚੁੱਕੇ ਸੀ ਪੰਜ ਜੱਜਾਂ ਨੇ ਕਨਸਟੀਟਿਊਸ਼ਨ ਬੈਂਚ ਨੇ ਕਿਹਾ ਇਸ ਕੇਸ ਵਿੱਚ ਸੁਖਪਾਲ ਸਿੰਘ ਖੇੜਾ ਨੂੰ ਸਮਝ ਨਹੀਂ ਕੀਤਾ ਜਾ ਸਕਦਾ ਕਿ ਮੇਰੇ ਫਾਦਰ ਸਰਦਾਰ ਸੁਖਪਾਲ ਸਿੰਘ ਖੇੜਾ ਬੇਕਸੂਰ ਨੇ ਪੰਜਾਬ ਸਰਕਾਰ ਦੀ ਬੁਖਲਾਟ ਹੈ ਕਿ ਉਹਨਾਂ ਨੂੰ ਪਤਾ ਸੀਗਾ ਕਿ ਸੁਖਪਾਲ ਖੇੜਾ ਨੂੰ ਅੱਜ ਬੇਲ ਮਿਲ ਜਾਨੀ ਹੈ ਅੱਜ ਸويرੇ ਇੱਕ ਨਵਾਂ ਮੁਕਦਮਾ ਦਰਜ ਕੀਤਾ ਗਿਆ ਸੁਭਾਨਪੁਰ ਥਾਰੇ ਵਿੱਚ ਕੋਟ ਫਾਜ਼ਲ ਕਾਇਤ ਜੇਲ ਨਾਬਾ ਮੇਰੇ ਫਾਦਰ ਨੂੰ 90 ਤੋਂ ਹੁਣ ਕਪੂਰਥਲੇ ਲਿਖ ਜਾ ਰਹੇ ਇਹਦਾ ਮਕਸਦ ਇਹ ਸੀਗਾ ਕਿ ਅੱਜ ਉਹ ਜੇਲ ਜੋ ਬਾਹਰ ਦਾਸ ਸੱਚ ਨੂੰ ਡਰਾਇਆ ਧਮਕਾਇਆ ਨਹੀਂ ਜਾ ਸਕਦਾ ਸੱਚ ਨੇ ਬਾਹਰ ਆਣਾ ਹੀ ਆਣਾ ਹਾਈ ਕੋਰਟ ਸੇ ਜ਼ਮਾਨਤ ਦਿੰਦਿਆਂ ਹੋਇਆਂ ਹਾਈ ਕੋਰਟ ਦੀ ਕੋਈ ਹੋਰ ਟਿੱਪਣੀ ਵੀ ਇਸ ਕੇਸ ਨਾਲ ਜੁੜੀ ਹੋਈ ਆ ਇੱਕ ਦੂਸਰਾ ਕੇ ਵਿਹਲਾ ਬਹਿ ਕੇ ਖੁਸ਼ੀ ਦੇ ਮਾਹੌਲਸ ਬੈਠ ਕੇ ਪੜਾਂਗੇ ਲੇਕਿਨ ਇਹਨਾਂ ਨੇ ਸਾਡੇ ਇੱਕ ਨਵਾਂ ਇਹ ਨਵਾਂ ਪਰਚਾ ਦਰਜ ਕਰਕੇ ਸਾਨੂੰ ਹਰਾਸ ਕਰਨ ਦੀ ਕੋਸ਼ਿਸ਼ ਕੀਤੀ ਹੈ ਟੋਟਲ ਉਪਰ ਝਟਪਟਾ ਚੱਲ ਜਾਂਦਾ ਕਿ ਕੇਸ ਵੀਕ ਹੈ ਭਾਨਪੁਰ ਵਾਲੇ ਨਵੇਂ ਪਰਚੇ ਦਾ ਜਿਹੜਾ ਤੁਸੀਂ ਕਿਹਾ ਕਿ ਜਾਣਕਾਰੀ ਮਿਲ ਗਈ ਆ ਦਰਜ ਹੋ ਗਿਆ ਉਹਦਾ ਆਧਾਰ ਕੀ ਤੁਹਾਨੂੰ ਨਜ਼ਰ ਆ ਰਿਹਾ ਇਹਨੂੰ ਹਜੇ ਇਹ ਨਹੀਂ ਪਤਾ ਕਿ ਸਾਡੇ ਖਿਲਾਫ ਇਨਸਾਫ ਬਲਵਿੰਦਰ ਸਿੰਘ ਕੰਗ ਨੇ ਜਿਹੜੇ ਆਵਾਦਵੀ ਪਾਰਟੀ ਦੇ ਮੁਖ ਬੁਲਾਰੇ ਨੇ ਉਹ ਕਹਿੰਦੇ ਕਿ ਜਿਹੜੇ ਐਨਡੀਪੀਐਸ ਕੇਸ ਦੇ ਵਿੱਚ ਪਹਿਲਾਂ ਇਹਨਾਂ ਦੇ ਸਾਥੀ ਉਹਨਾਂ ਨੇ ਸਾਥੀ ਕਿਹਾ ਕਿ ਉਹਨਾਂ ਨੂੰ ਤਾਂ ਦੋਸ਼ੀ ਅਦਾਲਤ ਨਹੀਂ ਕਰਾਰ ਦਿੰਦਾ ਫਿਰ ਸੁਪਰੀਮ ਕੋਰਟ ਨੇ ਪੰਜ ਜੱਜਾਂ ਦਾ ਕਨਸਟੀਟਿਊਸ਼ਨ ਬੈਂਚ ਬਿਠਾਇਆ ਕਿ ਕੰਗ ਸਾਹਿਬ ਉਹਨਾਂ ਪੰਜਾਂ ਦੇ ਉੱਤੇ ਬੈਠੇ ਇਹ ਆਪ ਸਰਕਾਰ ਦੇ ਆਲ ਜਿਹੜੇ ਵੀ ਬੋਲਦੇ ਐ ਇਹਨਾਂ ਨੂੰ ਇਹਨਾਂ ਨੂੰ ਕੋਈ ਨੌਲੇਜ ਹੀ ਨਹੀਂ ਸਰ ਲੋ ਦੀ ਇੱਕ ਨੇਮ ਕਰਦੇ ਕਿ ਜੀ ਬਚ ਕਿਦਾ ਸਕਦੇ ਫਿਰ ਹਾਈ ਕੋਰਟ ਨੇ ਅੱਜ ਬੇਲ ਕਿਦਾ ਦੇ ਦਿੱਤੀ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖੈਰਾ ਨੂੰ ਜ਼ਮਾਨਤ ਤਾਂ ਹਾਈ ਕੋਰਟ ਤੋਂ ਮਿਲ ਗਈ 8 ਸਾਲ ਪੁਰਾਣੇ ਵਾਲੇ ਮਾਮਲੇ ਦੇ ਵਿੱਚ ਪਰ ਇੱਕ ਨਵੇਂ ਪਰਚੇ ਦੀ ਵੀ ਚਰਚਾ ਹੈ ਇਸ ਦੇ ਵਿੱਚ ਸਚਾਈ ਕਿੰਨੀ ਹੈ ਹੁਣ ਸੁਖਪਾਲ ਸਿੰਘ ਖੈਰਾ ਦੀ ਕੀ ਰਿਹਾਈ ਹੋਣੀ ਹੈ ਜੇਲ੍ਹ ਤੋਂ ਬਾਹਰ ਆਉਣਗੇ ਜਾਂ ਫਿਰ ਇੱਕ ਵੱਡੀ ਮੁਸੀਬਤ ਹੋਰ ਸਾਹਮਣੇ ਖੜੀ ਹੈ ਉਹਨਾਂ ਦੇ ਪੁੱਤਰ ਔਰ ਵਕੀਲ ਜਿਹੜੇ ਨੇੜੇੋਂ ਦੇਖ ਰਹੇ ਨੇ ਇਸ ਕੇਸ ਨੂੰ ਮਹਿਤਾਬ ਸਿੰਘ ਖੈਰਾ ਮੇਰੇ ਨਾਲ ਨੇ ਖੈਰਾ ਸਾਹਿਬ ਸੁਖਪਾਲ ਸਿੰਘ ਖੈਰਾ ਨੂੰ ਜਿਹੜੇ ਸਮਰਥਕ ਨੇ ਜਾਂ ਕਾਂਗਰਸ ਦੇ ਪ੍ਰਧਾਨ ਨੇ ਵੀ ਹੁਣ ਤਾਂ ਟਵੀਟ ਕਰ ਦਿੱਤਾ ਕਿ ਪੋਲਿਟੀਕਲ ਵੈਂਡੇਟਾ ਇਹ ਮਾਮਲੇ ਦੇ ਵਿੱਚ ਕਿੰਨੀ ਕੁ ਸਚਾਈ ਨਜ਼ਰ ਆ ਰਹੀ ਹੈ ਜਿਹੜੇ ਨਵੇਂ ਪਰਚੇ ਵਾਲ ਚੱਲੀ ਐ ਦੇਖੋ ਦਾ ਇੱਕ 1 ਲੱਖ 1% ਦੀ ਸੱਚਾਈ ਹੈ ਕਿ ਸਿਆਸੀ ਬਦਲਾਖੋਰੀ ਆ ਮੇਰੇ ਫਾਦਰ ਨੂੰ ਪਹਿਲਾਂ ਤਾਂ ਇੱਕ ਐਸੇ ਮੁਕਦਮੇ ਵਿੱਚ ਗ੍ਰਿਫਤਾਰ ਕੀਤਾ ਗਿਆ ਜਿਹੜਾ ਮੁਕਦਮਾ ਸੁਪਰੀਮ ਕੋਰਟ ਤੋਂ ਅਸੀਂ ਜਿੱਤ ਚੁੱਕੇ ਸੀ ਸਾਢੇ 8 ਸਾਲ ਪੁਰਾਣਾ ਐਨਡੀਪੀਐਸ ਦਾ ਇੱਕ ਕੇਸ ਸੀਗਾ ਸੁਪਰੀਮ ਕੋਰਟ ਤੱਕ ਅਸੀਂ ਇਹਦੀ ਲੜਾਈ ਲੜੀ ਸੁਪਰੀਮ ਕੋਰਟ ਦੇ ਪੰਜ ਜੱਜਾਂ ਨੇ ਕਨਸਟੀਟਿਊਸ਼ਨ ਬੈਂਚ ਨੇ ਕਿਹਾ ਕਿ ਇਸ ਕੇਸ ਵਿੱਚ ਸੁਖਪਾਲ ਸਿੰਘ ਖੇੜਾ ਨੂੰ ਸਬੰਧ ਨਹੀਂ ਕੀਤਾ ਜਾ ਸਕਦਾ ਉਸ ਸਪਰੀਮ ਕੋਰਟ ਦੀ ਆਰਡਰ ਦੀ ਉਲੰਘਣਾ ਕਰਦੇ ਹੋਏ ਪੰਜਾਬ ਸਰਕਾਰ ਨੇ ਸਾਨੂੰ 28 ਸਤੰਬਰ ਨੂੰ ਗ੍ਰਿਫਤਾਰ ਕੀਤਾ ਹੁਣ ਮੈਂ ਉਦੋਂ ਵੀ ਇਸੇ ਕਰਕੇ ਸੀ ਮੌਕੇ ਤੇ ਤੁਹਾਨੂੰ ਕਿਹਾ ਸੀਗਾ ਕਿ ਜਿਸ ਦਿਨ ਸਾਨੂੰ ਆਪਣੀ ਦਲੀਲ ਪੇਸ਼ ਕਰਨ ਦਾ ਮੌਕਾ ਮਿਲਿਆ ਪਹਿਲੀ ਵਾਰ ਸਾਨੂੰ ਪਹਿਲੀ ਪਹਿਲੀ ਪੌੜੀ ਤੇ ਪਹਿਲੀ ਕੋਰਟ ਤੋਂ ਸਾਨੂੰ ਬੜੀ ਵੱਡੀ ਰਾਹਤ ਮਿਲੂਗੀ ਅੱਜ ਤਕਰੀਬਨ 90 100 ਦਿਨ ਹੋ ਗਏ ਸਮਾਂ ਆਪਣੇ ਕੋਟਾ ਕਚੈਰੀਆਂ ਵਿੱਚ ਲੱਗਦਾ ਇੱਥੇ ਇੰਨਾ ਪਰ ਅੱਜ ਸੱਚ ਸਾਹਮਣੇ ਆਇਆ ਮੈਂ ਉਦੋਂ ਵੀ ਕਿਹਾ ਸੀਗਾ ਕਿ ਮੇਰੇ ਫਾਦਰ ਸਰਦਾਰ ਸੁਖਪਾਲ ਸਿੰਘ ਖੇਰਾ ਬੇਕਸੂਨ ਨੇ ਤੇ ਅੱਜ ਵੀ ਮੈਂ ਉਸ ਗੱਲ ਤੇ ਅਟਲ ਹ ਜੀ ਬੜ ਹੁਣ ਪੰਜਾਬ ਸਰਕਾਰ ਦੀ ਬਖਲਾਟ ਹੈ ਕਿ ਉਹਨਾਂ ਨੂੰ ਪਤਾ ਸੀਗਾ ਕਿ ਸੁਖਪਾਲ ਖੇਰਾ ਨੂੰ ਅੱਜ ਬیل ਮਿਲ ਜਾਨੀ ਆ ਤੇ 4 4 ਤਰੀਕ ਨੂੰ ਅੱਜ ਸਵੇਰੇ ਇੱਕ ਨਵਾਂ ਮੁਕਦਮਾ ਦਰਜ ਕੀਤਾ ਗਿਆ ਸੁਭਾਨਪੁਰ ਥਾਣੇ ਵਿੱਚ ਜੀ ਹੁਣ ਜਿੰਨਾ ਕੁ ਮੇਰੀ ਖਬਰ ਹੈ ਸਾਡੀ ਜਮਾਨ ਦੀ ਪ੍ਰਕਿਰਿਆ ਹਜੇ ਚੱਲ ਰਹੀ ਹੈ ਕਿਉਂਕਿ ਕੋਰਟ ਫਾਜ਼ਲ ਕਾ ਹੈ ਤੇ ਜੇਲ ਨਾ ਬ ਹੈ ਜੀ ਅਸੀਂ ਕੋਰਟ ਐਨਡੀਪੀਐਸ ਕੇਸ ਵਾਲਾ ਜਿਹੜਾ ਆਰਡਰ ਹੈ ਉਹ ਫਾਜ਼ਲ ਕਾ ਪਹੁੰਚਾ ਦਿੱਤਾ ਹੋਇਆ ਹੈ ਜੀ ਕੁਝ ਦੇਰ ਵਿੱਚ ਸਾਨੂੰ ਉੱਥੇ ਰੀਲੀਜ਼ ਦੇ ਹੁਕਮ ਆ ਜਾਣੇ ਸੀਗੇ ਜੀ ਉਨੀ ਦੇਰ ਵਿੱਚ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਜੀ ਕਪੂਰਥਲੇ ਵਿੱਚ ਇੱਕ ਪ੍ਰੋਡਕਸ਼ਨ ਵਾਰੰਟ ਦੀ ਅਰਜ਼ੀ ਲਗਾ ਕੇ ਤੇ ਮੇਰੇ ਫਾਦਰ ਨੂੰ 90 ਤੋਂ ਹੁਣ ਕਪੂਰਥਲੇ ਲੈ ਕੇ ਜਾ ਰਹੇ ਇਹਦਾ ਮਕਸਦ ਇਹ ਸੀਗਾ ਕਿ ਅਜ ਉਹ ਜੇਲ ਤੋਂ ਬਾਹਰ ਨਾ ਆ ਸਕਣ ਲੇਕਿਨ ਸੱਚ ਨੂੰ ਡਰਾਇਆ ਧਮਕਾਇਆ ਨਹੀਂ ਜਾ ਸਕਦਾ ਸੱਚ ਨੇ ਬਾਹਰ ਆਣਾ ਹੀ ਆਣਾ ਤਾਂ ਉਦਾਂ ਹੀ ਸੁਖਪਾਲ ਸਿੰਘ ਖੇੜਾ ਨੇ ਵੀ ਆਣਾ ਸੀ ਜਦੋਂ ਤੁਸੀਂ ਕਿਹਾ ਕਿ ਜਮਾਨਤ ਮਿਲਣੀ ਸੀ ਜਾਂ ਰਾਹਤ ਮਿਲਣੀ ਸੀ ਸਾਨੂੰ ਤਾਂ ਪਹਿਲੇ ਦਿਨ ਤੋਂ ਪਤਾ ਸੀ ਹਾਈ ਕੋਰਟ ਸੇ ਜਮਾਨਤ ਦਿੰਦਿਆਂ ਹੋਇਆਂ ਹਾਈ ਕੋਰਟ ਦੀ ਕੋਈ ਹੋਰ ਟਿੱਪਣੀ ਵੀ ਇਸ ਕੇਸ ਨਾਲ ਜੁੜੀ ਹੋਈ ਆਈ ਸੰਦੀਪ ਜੀ ਮੈਂ ਹਜੇ ਡਿਟੇਲ ਵਿੱਚ ਆਰਡਰ ਨਹੀਂ ਪੜਿਆ ਕਿਉਂਕਿ 35 ਪੇਜ ਦਾ ਆਰਡਰ ਹੈ ਮੈਨੂੰ ਸਿਗਾ ਕਿ ਵਿਹਲਾ ਬਹਿ ਕੇ ਖੁਸ਼ੀ ਦੇ ਮਾਹੌਲਸ ਬੈਠ ਕੇ ਪੜਾਂਗੇ ਲੇਕਿਨ ਇਹਨਾਂ ਨੇ ਸਾਡੇ ਇੱਕ ਨਵਾਂ ਇਹ ਨਵਾਂ ਪਰਚਾ ਦਰਜ ਕਰਕੇ ਸਾਨੂੰ ਹਰਾਸ ਕਰਨ ਦੀ ਕੋਸ਼ਿਸ਼ ਕੀਤੀ ਆ ਡਿਟੇਲਡ ਆਰਡਰ ਹੈ 35 ਪ ਬੁਣ ਜਦ ਬੇਬੁਨਿਆਦ ਕੇਸ ਹੋਵੇ ਜੇ ਤੁਹਾਡੀ ਫਾਊਂਡੇਸ਼ਨ ਵੀਕ ਹੋਵੇ ਤੇ ਕੋਟਾ ਨੂੰ ਤਾਂ ਝਟਪਤਾ ਚੱਲ ਜਾਂਦਾ ਕਿ ਕੇਸ ਵੀਕ ਹੈ ਇਹ ਸੁਭਾਨਪੁਰ ਵਾਲੇ ਨਵੇਂ ਪਰਚੇ ਦਾ ਜਿਹੜਾ ਤੁਸੀਂ ਕਿਹਾ ਕਿ ਜਾਣਕਾਰੀ ਮਿਲ ਗਈ ਆ ਦਰਜ ਹੋ ਗਿਆ ਉਹਦਾ ਆਧਾਰ ਕੀ ਤੁਹਾਨੂੰ ਨਜ਼ਰ ਆ ਰਿਹਾ ਉਸ ਐਫਆਈਆਰ ਦੀ ਕਾਪੀ ਹਜੇ ਤੱਕ ਇੰਟਰਨੈਟ ਤੇ ਚੜਾਈ ਨਹੀਂ ਗਈ ਹਮ ਅਕਸਰ ਜਦੋਂ ਵੀ ਪਰਚਾ ਦਰਜ ਹੁੰਦਾ ਨਾਲ ਦੀ ਨਾਲ ਉਹ ਵੈਬਸਾਈਟ ਤੇ ਚੜਾਇਆ ਜਾਂਦਾ ਸੋ ਥੈਟ ਹਰ ਇੱਕ ਇਨਸਾਨ ਨੂੰ ਪਤਾ ਸਲ ਸਕੇ ਕਿ ਉਹਦੇ ਖਿਲਾਫ ਇਲਜ਼ਾਮ ਕੀ ਹੈ ਮੈਨੂੰ ਹਜੇ ਇਹ ਨਹੀਂ ਪਤਾ ਕਿ ਸਾਡੇ ਖਿਲਾਫ ਇਲਜ਼ਾਮ ਕੀ ਹੈ ਇਹਨਾਂ ਨੇ ਮੁਕਦਮਾ ਦਰਜ ਕਰਤਾ ਹੈ ਮੁਕਦਮਾ ਦਰਜ ਕਰਕੇ ਇੱਕ ਅਰਜ਼ੀ ਬਣਾ ਕੇ ਮੈਜਿਸਟ੍ਰੇਟ ਕੋ ਲੈ ਕੇ ਗਏ ਕਪੂਰਥਲੇ ਕਿ ਸੁਖਪਾਲ ਖੇਰਾ ਦੇ ਖਿਲਾਫ ਇਹ ਮੁਕਦਮਾ ਹੈ ਜੀ ਤੇ ਉਹ ਹਜੇ ਨਾਬਾ ਜੇਲ੍ਹ ਚ ਹੈ ਤੇ ਨਾਬਾ ਜੇਲ੍ਹ ਚ ਉਹਨਾਂ ਨੂੰ ਕਪੂਰਥਲੇ ਲੈ ਕੇ ਆਇਆ ਜਾਵੇ ਹੁਣ ਉਹ ਕਪੂਰਥਲੇ ਲੈ ਕੇ ਜਾ ਰਹੇ ਨੇ ਉਹਨਾਂ ਨੂੰ ਉੱਥੇ ਉਹਨਾਂ ਦੀ ਰਿਮਾਂਡ ਦੀ ਸੁਣਵਾਈ ਹੋਊਗੀ ਕਿ ਕਿੰਨੇ ਦਿਨ ਰਿਮਾਂਡ ਮਿਲੂਗਾ ਉਸ ਉਸ ਦੇ ਉੱਤੇ ਹੁਣ ਚਰਚਾ ਹੋਊਗੀ ਬਹਿਸ ਲਗਾਤਾਰ ਪਰਚਿਆਂ ਵਾਲੀ ਰਾਜਨੀਤੀ ਜਾਂ ਪਰਚੇ ਤੋਂ ਪਰਚਾ ਪੈ ਰਿਹਾ ਹੋਵੇ ਜਾਂ ਸੁਖਪਾਲ ਸਿੰਘ ਖਹਿਰਾ ਨੂੰ ਬਤੌਰ ਵਿਧਾਇਕ ਵੀ ਰਾਹਤ ਨਾ ਮਿਲ ਰਹੀ ਹੋਵੇ ਤਾਂ ਕਾਂਗਰਸ ਪਾਰਟੀ ਦੇ ਲੀਡਰਾਂ ਨਾਲ ਜਾਂ ਪ੍ਰਧਾਨ ਨਾਲ ਤੁਹਾਡੇ ਨਾਲ ਸੰਪਰਕ ਹੋ ਸਕੇ ਆ ਉਹ ਕੀ ਸੋਚ ਰਿਹਾ ਇਸ ਮਾਮਲੇ ਤੇ ਪ੍ਰਧਾਨ ਸਾਹਿਬ ਨਾਲ ਵੀ ਔਰ ਬਾਜਵਾ ਸਾਹਿਬ ਨਾਲ ਵੀ ਅੱਜ ਸਵੇਰੇ ਗੱਲ ਕੀਤੀ ਸੀ ਉਹ ਕਹਿੰਦੇ ਸੀਗੇ ਅੱਜ ਆ ਜੋ ਅਤਿਸ਼ਾਦੋ ਦਿੱਲੀ ਵਿੱਚ ਨੇ ਅਲਾਈਅੰਸ ਦੇ ਨੂੰ ਲੈ ਕੇ ਤੇ ਉਹਨਾਂ ਨੂੰ ਮੈਂ ਇਤਲਾਹ ਕਰਤਾ ਸੀਗਾ ਦੇਖੋ ਸਰ ਅੱਜ ਸਿਰਫ ਕਾਂਗਰਸ ਪਾਰਟੀ ਨੇ ਅਕ੍ਰੋਸ ਪਾਰਟੀ ਲਾਈਨਸ ਲੋਕ ਪੰਜਾਬ ਦੇ ਜਾਣਦੇ ਨੇ ਕਿ ਸੁਖਪਾਲ ਸਿੰਘ ਖੈਰਾ ਨਾਲ ਧੱਕਾ ਕੀਤਾ ਜਾ ਰਿਹਾ ਜੀ ਇਹ ਪੰਜਵਾਂ ਮਕਦਮਾ ਹੈ ਪਿਛਲੇ 2 ਸਾਲਾਂ ਤੋਂ ਸੁਖਪਾਲ ਸਿੰਘ ਖੈਰਾ ਦੇ ਖਿਲਾਫ ਪੰਜਾਬ ਸਰਕਾਰ ਨੇ ਇਹਨੇ ਕੰਮ ਨਹੀਂ ਕੀਤੇ ਜਿਨੇ ਪਰਚੇ ਕੀਤੇ ਸੁਖਪਾਲ ਸਿੰਘ ਖੈਰਾ ਤੇ ਜੇ ਇਹਨਾਂ ਨੂੰ ਲੱਗਦਾ ਕਿ ਸਾਨੂੰ ਡਰਾ ਜਾ ਸਕਦਾ ਧਮਕਾਇਆ ਜਾ ਸਕਦਾ ਫਿਰ ਇਹਨਾਂ ਦਾ ਵਹਿਮ ਹੈ ਸੱਚ ਬਾਹਰ ਆਊਗਾ ਤੇ ਇਹਨਾਂ ਨੂੰ ਅਸੀਂ ਅੱਗੇ ਲਾਵਾਂਗੇ वैसे ता पॉलिटिकल तौर ਤੇ ਜਦੋਂ ਚੱਲਦਾ ਬੰਦਾ ਸਫਰ ਦੇ ਵਿੱਚ ਬੜੀਆਂ ਤਰ੍ਹਾਂ ਦੀਆਂ ਦਿੱਕਤਾਂ ਵੀ ਆਉਂਦੀਆਂ ਤੇ ਸਫਲਤਾਵਾਂ ਵੀ ਮਿਲਦੀਆਂ ਪਰਿਵਾਰ ਦੇ ਉੱਤੇ ਕੀ ਵਿਚਾਰ ਵਟਾਂਦਰਾ ਹੋ ਰਿਹਾ ਪਰਿਵਾਰ ਦੇ ਅੰਦਰ ਕੀ ਗੱਲਾਂ ਚੱਲ ਰਹੀਆਂ ਕਿ ਕਿਵੇਂ ਇੱਕ ਪਰਚਾ ਪੈਂਦਾ ਕਿਉਂਕਿ ਪਰਿਵਾਰ ਭਾਵੇਂ ਆਮ ਲੋਕ ਹੋਣ ਪਰਚੇ ਤੋਂ ਤਾਂ ਹਰ ਕਿਸੇ ਨੂੰ ਡਰ ਲੱਗਦਾ ਨਹੀਂ ਉਹ ਡਰ ਕੱਟਦਾ ਮੈਨੂੰ ਕੋਈ ਡਰ ਨਹੀਂ ਸਰ ਮੈਂ ਪਾਪਾ ਨਾਲ ਸੁਰਜ ਜੀ ਸਾਨੂੰ ਮੈਨੂੰ ਆਸ ਸੀ ਕਿ ਸਾਨੂੰ ਬਿੱਲ ਜ਼ਰੂਰ ਮਿਲਣੀ ਹੈ ਸਾਨੂੰ ਇਹ ਦੂਜੇ ਪਰਚੇ ਦੀ ਖਬਰ ਵੀ ਮੈਨੂੰ ਤਕਰੀਬਨ 9:30 ਵਜੇ ਮਿਲੀ ਆ ਉਸ ਤੱਕ ਉਸ ਟਾਈਮ ਤੱਕ ਉਸ ਸਮੇਂ ਤੱਕ ਮੈਂ ਜੀ ਰੈਡੀ ਸੀਗਾ ਕਿ ਸਾਸੀ ਅੱਜ ਮਿਲਾਂਗੇ ਬਟ ਸਰ ਮੇਰੇ ਮੇਰੇ ਫਾਦਰ ਨੂੰ ਉਹ ਮੈਂਟਲੀ ਬਹੁਤ ਸਟਰੋਂਗ ਤੁਸੀਂ ਮਾਨਸਿਕ ਤੌਰ ਤੇ ਨਹੀਂ ਹਰਾ ਸਕਦੇ ਉਹਨਾਂ ਨੂੰ ਤੁਸੀਂ ਜੇਲ੍ਹ 'ਚ ਬੰਦ ਕਰ ਸਕਦੇ ਹੋ ਥੋੜੀ ਦੇਰ ਇਧਰ ਉਧਰ ਕਰ ਸਕਦੇ ਹੋ ਹਰਾ ਨਹੀਂ ਸਕਦੇ ਤੁਸੀਂ ਉਹਨਾਂ ਨੂੰ ਇੱਕ ਵੀ ਪਤਾ ਲੱਗਿਆ ਸੀ ਕਿ ਨਾਬਾ ਜੇਲ੍ਹ 'ਚ ਜਿੱਥੇ ਉਹਨਾਂ ਨੂੰ ਰੱਖਿਆ ਗਿਆ ਉਦੋਂ ਬਾਅਦ ਤੁਹਾਡੇ ਨਾਲ ਗੱਲਬਾਤ ਲਗਾਤਾਰ ਹੋਈ ਹੋਣੀ ਹੈ ਉਸ ਦੌਰਾਨ ਸੁਖਪਾਲ ਸਿੰਘ ਖਹਿਰਾ ਕੀ ਕਹਿੰਦੇ ਆ ਤੁਹਾਨੂੰ ਕਿ ਕਿਹੜੀ ਗੱਲ ਦੇ ਉੱਤੇ ਪਹਿਰਾ ਦੇਣਾ ਹੈ ਤੇ ਕਿਹੜੀ ਤੋਂ ਬਚਣਾ ਹੈ ਨੇ ਮੈਨੂੰ ਸਾਡੀ ਹਰ ਜੇਲ ਵਿੱਚ ਆਈ ਥਿੰਕ 10 ਮਿੰਟ ਅਲਾਉ ਹੁੰਦੇ ਆ ਫੋਨ ਕਾਲ ਦੇ ਰੋਜ਼ ਮੈਨੂੰ ਫੋਨ ਤੇ ਗੱਲ ਹੁੰਦੀ ਹੈ ਉਹਨਾਂ ਨਾਲ ਚੜ੍ਹਦੀ ਕਲਾ ਵਿੱਚ ਨੇ ਖਬਰਾਇ ਕਿਸ ਇਸ ਨੂੰ ਕਿੱਦਾਂ ਟੈਕਲ ਕਰਦੇ ਆ ਉਹ ਤਾਂ ਹੁਣ ਸਾਡੇ ਖਿਲਾਫ ਜਿਹੜਾ ਪਰਚਾ ਉਹਨੂੰ ਪੜ੍ਹ ਕੇ ਪਤਾ ਚੱਲੂਗਾ ਜਦ ਸਾਡੇ ਕੋਲ ਨੋਲੇਜ ਨਹੀਂ ਇਨਫੋਰਮੇਸ਼ਨ ਕੰਪਲੀਟ ਨਹੀਂ ਹੈ ਤਾਂ ਮੈਂ ਵੀ ਤੁਹਾਨੂੰ ਕੀ ਦੱਸਾਂ ਬਟ ਜੋ ਵੀ ਇਹ ਝੂਠ ਝੂਠ ਸੱਚ ਬੋਲਦੇ ਆ ਸਰਕਾਰ ਵਾਲੇ ਅਸੀਂ ਇਹਨਾਂ ਨੂੰ ਮੂੰਹ ਤੋੜ ਜਵਾਬ ਦੋਗਾ ਕੁਝ ਤਾਂ ਉਹਨਾਂ ਨੇ ਤੁਹਾਡੇ ਜ਼ਰੀਏ ਸੁਨੇਹਾ ਕੱਲਿਆ ਹੁਣਾ ਬਾਹਰ ਕੇ ਪਰਿਵਾਰ ਦੇ ਲਈ ਜਾਂ ਜਿਹੜੇ ਸਮਰਥਕ ਆ ਤੁਹਾਡੇ ਉਹਨਾਂ ਦੇ ਲਈ ਪਿਛਲੇ ਤਿੰਨਾਂ ਮਹੀਨੇ ਸੁਖਪਾਲ ਸਿੰਘ ਖਹਿਰਾ ਨੇ ਕਿਹੜੀਆਂ ਕਿੜੀਆਂ ਗੱਲਾਂ ਕਹੀਆਂ ਨਹੀਂ ਉਹ ਬੜੀਆਂ ਬੜੀਆਂ ਗੱਲਾਂ ਕਹੀਆਂ ਜੀ ਉਹ ਮੈਂ ਚੜਦੀ ਕਲਾ ਵਿੱਚ ਕਿਹਾ ਸੁਨੇਹਾ ਇਹੀ ਸੀਗਾ ਕਿ ਡਰਨਾ ਨਹੀਂ ਘਬਰਾਣਾ ਨਹੀਂ ਆਪਾਂ ਕੁਝ ਗਲਤ ਕੀਤਾ ਨਹੀਂ ਤੇ ਸੱਚ ਬਾਹਰ ਆ ਜਾਣਾ ਤੇ ਇਸੇ ਗੱਲ ਤੇ ਅਸੀਂ ਹੁਣ ਪੈਰਾ ਵੀ ਦੇ ਰਹੇ ਆ ਜਿੱਥੇ ਵੀ ਇਹ ਸਾਨੂੰ ਲੜਾਈ ਲੜਨੀ ਪਈ ਸਰ ਮੈਂ ਲੜੂਗਾ ਮੇਰਾ ਇੱਕ ਆਖਰੀ ਸਵਾਲ ਹੈ ਇਸ ਦੌਰਾਨ ਮਲਵਿੰਦਰ ਸਿੰਘ ਕੰਗ ਨੇ ਜਿਹੜੇ ਆਵਾਦਵੀ ਪਾਰਟੀ ਦੇ ਮੁਖ ਬੁਲਾਰੇ ਨੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਉਦੋਂ ਕੀਤੀ ਸੀ ਜਦੋਂ ਤੁਸੀਂ ਵੀ ਸਵਾਲ ਖੜੇ ਕੀਤੇ ਕਿ ਪੋਲਿਟিক্যাল ਮੈਂਡੇਟ ਹੈ ਇਹ ਸਿਆਸੀ ਬਦਲਾਖੋਰੀ ਹੈ ਉਹ ਕਹਿੰਦੇ ਕਿ ਜਿਹੜੇ ਐਨਡੀਪੀਐਸ ਕੇਸ ਦੇ ਵਿੱਚ ਪਹਿਲਾਂ ਇਹਨਾਂ ਦੇ ਸਾਥੀ ਉਹਨਾਂ ਨੇ ਸਾਥੀ ਕਿਹਾ ਕਿ ਉਹਨਾਂ ਨੂੰ ਤਾਂ ਦੋਸ਼ੀ ਅਦਾਲਤ ਨਹੀਂ ਕਰਾਰ ਦਿੰਦਾ ਤੇ ਕਿਵੇਂ ਬੱਝ ਸਕਦੇ ਆ ਇਹਨਾਂ ਦੇ ਤੇ ਮਨੀ ਲਾਂਡਰਿੰਗ ਵਾਲਾ ਕੇਸ ਦੇ ਵਿੱਚ ਵੀ ਇਹਨਾਂ ਨੂੰ ਗ੍ਰਿਫਤਾਰੀ ਹੋ ਚੁੱਕੀ ਹੈ ਸਰ ਇਹ ਜਿੱਦਾਂ ਮੈਂ ਕਿਹਾ ਕਿ ਜਿਹਦੇ ਕੋਲ ਇਨਫੋਰਮੇਸ਼ਨ ਪੂਰੀ ਨਹੀਂ ਹੁੰਦੀ ਉਹ ਬੇਤੁਕੀਆਂ ਗੱਲਾਂ ਕਰਦੇ ਆ ਜਿਨ੍ਹਾਂ ਦੀ ਇਹ ਗੱਲ ਪੰਜ ਜੱਜਾਂ ਦਾ ਕੌਨਸਟਿਚਿਊਸ਼ਨ ਬੈਂਚ ਬਿਠਾਇਆ ਕਿ ਕੰਗਸਾਹਬ ਉਹਨਾਂ ਪੰਜਾਂ ਦੇ ਉੱਤੇ ਬੈਠੇ ਆ ਜਸ ਸੁਪਰੀਮ ਕੋਰਟ ਨੇ ਕਿਹਾ ਕਿ ਨਹੀਂ ਤੁਸੀਂ ਇਹਨਾਂ ਦੀ ਸਾਮਨਿੰਗ ਹੀ ਨਹੀਂ ਕਰਾ ਸਕਦੇ ਤੇ ਆਪ ਸਰਕਾਰ ਦੇ ਆ ਜਿਹੜੇ ਵੀ ਬੋਲਦੇ ਆ ਇਹਨਾਂ ਨੂੰ ਇਹਨਾਂ ਨੂੰ ਕੋਈ ਨੌਲੇਜ ਹੀ ਨਹੀਂ ਸਰ ਲਾਅ ਦੀ ਬਾਰੇ ਜੇ ਕਲੇਮ ਕਰਦੇ ਕਿ ਜੀ ਬਚ ਕੇ ਦਾ ਸਕਦੇ ਫਿਰ ਹਾਈ ਕੋਰਟ ਨੇ ਅੱਜ ਬੇਲ ਕਿਤਾ ਦੇਤੀ ਜੇ ਸੁਪਰੀਮ ਐਨਡੀਪੀਐਸ ਵਿੱਚ ਇੱਕ ਕਲੌਜ਼ ਹੁੰਦਾ ਹੈ ਇੱਕ ਰਾਈਡਰ ਹੁੰਦਾ ਹੈ ਕਿ ਕੋਰਟ ਨੇ ਇਹ ਕਹਿਣਾ ਹੁੰਦਾ ਹੈ ਜਾਂ ਕੋਰਟ ਨੂੰ ਇਹ ਸੋਚਣਾ ਪੈਂਦਾ ਹੈ ਕਿ ਇਹ ਬੰਦਾ ਅੱਗੇ ਜਾ ਕੇ ਇਸ ਕੇਸ ਵਿੱਚ ਬਰੀ ਹੋ ਜਾਊਗਾ ਤਾਂ ਇਹਨੂੰ ਬੇਲ ਦੇ ਸਕਦੇ ਹੂੰ ਔਰ ਅੱਜ ਸਾਨੂੰ ਹਾਈ ਕੋਰਟ ਤੋਂ ਬੇਲ ਮਿਲੀ ਹੈ ਸੋ ਇਹ ਜੋ ਕੰਗਸਾ ਬੋਲ ਰਹੇ ਨੇ ਇਹ ਘੱਟ ਨੌਲੇਜ ਦਾ ਕਾਰਨ ਬੋਲ ਰਹੇ ਆ ਤੇ ਇਦਾਂ ਦੀ ਕੋਈ ਕੰਟੈਂਪਚਸ ਗੱਲਾਂ ਇਹ ਨਾ ਕਰਨ ਤੇ ਬਚੇ ਰਹਿਣ ਕਿਉਂਕਿ ਜਦ ਇਹਨਾਂ ਦੇ ਪਰਚੇ ਆਉਂਦੇ ਆ ਅੱਜ ਕੇਜਰੀਵਾਲ ਨੂੰ ਸਵਨ ਕੀਤਾ ਹੋਇਆ ਕੱਲ ਪਰਸੋਂ ਦਾ ਤੇ ਉਹ ਭੱਜ ਕੇ ਇੱਥੇ ਪੰਜਾਬ ਦੇ ਹੁਸ਼ਿਆਰਪੁਰ ਜਾ ਕੇ ਲੁਕ ਜਾਂਦੇ ਪੰਜਾਬ ਪੁਲਿਸ ਦੇ ਪੈਰਾਂ 'ਚ ਤੇ ਬਚ ਕੇ ਰਹਿਣੇ ਇਦਾਂ ਦੀ ਗੱਲਾਂ ਨਾ ਕਰਨ ਜੀ ਬਹੁਤ ਸ਼ੁਕਰੀਆ ਤਾਂ ਸਾਡੇ ਨਾਲ ਸਾਨ ਮਹਿਤਾਬ ਸਿੰਘ ਖੈਰਾ ਸੁਖਪਾਲ ਸਿੰਘ ਖੈਰਾ ਦੇ ਪੁੱਤਰ ਤੇ ਐਡਵੋਕੇਟ ਵੀ ਨੇ ਉਹਨਾਂ ਨੇ ਆਪਣੀਆਂ ਦਲੀਲਾਂ ਤੇ ਤੱਤ ਸਾਹਮਣੇ ਰੱਖੇ ਨੇ ਕਿ ਐਨਡੀਪੀਐਸ ਕੇਸ ਦੇ ਵਿੱਚ ਕੋਈ ਵੀ ਅਜਿਹੀ ਗੱਲ ਨਹੀਂ ਸੀ ਜਿਸ ਵਿੱਚ ਉਹ ਦੋਸ਼ੀ ਪਾਏ ਜਾਂਦੇ ਇਸੇ ਕਰਕੇ ਹੀ ਰਾਤ ਮਿਲੀ ਹੈ ਜ਼ਮਾਨਤ ਮਿਲੀ ਹੈ ਪਰ ਜਿੱਥੇ ਤੱਕ ਰਹੀ ਗੱਲ ਨਵੇਂ ਪਰਚੇ ਦੀ ਸੁਭਾਣਪੁਰਚ ਜਿਹੜਾ ਦੱਸਿਆ ਜਾ ਰਿਹਾ ਉਹਨਾਂ ਨੇ ਕਿਹਾ ਕਿ ਐਫਆਈਆਰ ਦੀ ਕਾ ਉਹ ਤਾਸ ਦੇ ਉੱਤੇ ਨਹੀਂ ਕਿਹਾ ਜਾ ਸਕਦਾ ਪਰ ਸੁਭਾਨਪੁਰ ਦੇ ਪਤਾ ਇਹ ਲੱਗਿਆ ਕਿ ਹੁਣ ਨਾਬਾ ਜੇਲ੍ਹ ਤੋਂ ਜਿਹੜਾ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਕਪੂਰਥੜਾ ਜਿਹੜਾ ਲਿਆਂਦਾ ਜਾਵੇਗਾ ਉਹਨਾਂ ਨੂੰ ਉੱਥੇ ਫਿਰ ਰਿਮਾਂਡ ਮਿਲਦਾ ਹੈ ਕਿ ਨਹੀਂ ਮਿਲਦਾ ਉਸ ਤੋਂ ਪਹਿਲਾਂ ਕਿਉਂਕਿ ਫਾਜ਼ਿਲਕਾ ਅਦਾਲਤ ਨੇ ਵੀ ਰਿਲੀਜ਼ ਦੇ ਆਰਡਰ ਤਾਂ ਕੱਢਨੇ ਆ ਕਿਉਂਕਿ ਇਹ ਇੱਥੋਂ ਲੈ ਕੇ ਜਾਣਗੇ ਉਹ ਪਹੁੰਚਣਗੇ ਪਹਿਲਾਂ ਹੁਣ ਰਹਾਤ ਵਾਲੇ ਆਰਡਰ ਕੰਮ ਕਰਦੇ ਆ ਜਾਂ ਫਿਰ ਨਵੇਂ ਪਰਚੇ ਵਾਲੇ ਆਰਡਰ ਕੰਮ ਕਰਦੇ ਆ ਇਹ ਉਸ ਦੇ ਉੱਤੇ ਨਿਰਭਰ ਕਰਦਾ ਹੈ ਕਿ ਸੁਖਪਾਲ ਸਿੰਘ ਖਹਿਰਾ ਜੇਲ੍ਹ ਤੋਂ ਬਾਹਰ ਆ ਜਾਣਗੇ ਜਾਂ ਫਿਰ ਨਹੀਂ ਆਉਣਗੇ ਇਸ ਸਿਆਸਤ ਦੇ ਉੱਤੇ ਤੁਹਾਡਾ ਨਿੱਜੀ ਤੌਰ ਦੇ ਉੱਤੇ ਕੀ ਮੰਨਣਾ ਹੈ ਆਪਣੀ ਰਾਏ ਵੀ ਸਾਂਝੀ ਕਰ ਸਕਦੇ ਹੋ ਫਿਲਹਾਲ ਇਸ ਮੁਲਾਕਾਤ ਵਿੱਚ ਚੇਨਈ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਚੰਡੀਗੜ੍ਹ